ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਪਾਈ ਵੀਰ ਸਿੰਘ ਜੀ ਬਾਰੇ ਕਿ ਪੰਜਾਬੀ ਨਾਵਲ ਵਿੱਚ ਪਾਈ ਵੀਰ ਸਿੰਘ ਜੀ ਦਾ ਕੀ ਯੋਗਦਾਨ ਰਿਹਾ ਹੈ ਉਹਨਾਂ ਦਾ ਸਮਾਂ 1872 ਤੋਂ ਲੈ ਕੇ 1957 ਤੱਕ ਦਾ ਸਮਾਂ ਸੀ ਉਹ ਪਹਿਲੇ ਮੌਲਿਕ ਨਾਵਲਕਾਰ ਸਨ ਉਹਨਾਂ ਦੇ ਨਾਵਲ ਸੰਦਰੀ ਜਿਹੜਾ 1898 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਦੂਸਰਾ ਨਾਵਲ ਸਤਵੰਤ ਕੋਰ ਜੋ 98 ਸੋ 99 ਵਿੱਚ ਪ੍ਰਕਾਸ਼ਿਤ ਹੋਇਆ ਤੇ ਤੀਸਰਾ ਨਾਵਲ ਬੀਜੇ ਸਿੰਘ ਵੀ ਉਹਨਾਂ ਦਾ 1899 ਵਿੱਚ ਪ੍ਰਕਾਸ਼ਿਤ ਹੋਇਆ ਤੇ ਬਾਬਾ ਨਾਨਕ ਸਿੰਘ 1917 ਵਿੱਚ ਪ੍ਰਕਾਸ਼ਿਤ ਹੋਇਆ ਪਾਈ ਵੀਰ ਸਿੰਘ ਜੀ ਦੇ ਨਾਵਲ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਸਨ ਉਹਨਾਂ ਦੇ ਨਾਵਲਾਂ ਦਾ ਵਿਸ਼ਾ ਸੀ ਅਧਿਆਤਮਕ ਸਦਾਚਾਰਕ ਤੇ ਬੀਰਤਾਪੂਰਨ ਰਹੱਸਵਾਦ ਉਪਾਤਰ ਪ੍ਰਦਾਨ ਨਾਵਲ ਲਿਖਦੇ ਹਨ ਪਾਤਰ ਉਸਾਰੀ ਵਿੱਚ ਉਹ ਅਦਰਸ਼ਵਾਦੀ ਸਨ ਰਚਨਾ ਦ੍ਰਿਸ਼ਟੀ ਉਹਨਾਂ ਦੀ ਸੁਧਾਰਵਾਦੀ ਹੈ ਤੇ ਉਹਨਾਂ ਦਾ ਵਿਚਾਰ ਹੈ ਕਿ ਸਮਕਾਲੀ ਪ੍ਰਸਥਿਤੀਆਂ ਸੰਬੰਧੀ ਆਪਣੇ ਪ੍ਰਤੀਕਰਮ ਮੁਖੀ ਉਹਨਾਂ ਦਾ ਉਦੇਸ਼ ਪਾਈ ਸਿੰਘ ਮਦਕਾਲੀ ਸਿੰਘ ਸੰਘਰਸ਼ ਦੀ ਪੁਨਰ ਸਿਰਜਣਾ ਰਾਹੀਂ ਆਪਣੀ ਸਮਕਾਲੀ ਧਾਰਮਿਕ ਤੇ ਰਾਸੀ ਉਦੇਸ਼ ਨੂੰ ਪੂਰਾ ਕਰਦਾ ਪ੍ਰਤੀਤ ਹੁੰਦਾ ਹੈ 1898 ਵਿੱਚ ਉਹਨਾਂ ਨੇ ਖਾਲਸਾ ਸਮਾਜ ਰਖਬਾਰ ਪ੍ਰਕਾਸ਼ਿਤ ਕੀਤੀ ਰੋਪਕ ਪਖ ਤੋਂ ਉਹਨਾਂ ਦੇ ਨਾਵਲਾਂ ਵਿੱਚ ਨਵੀਨਤਾ ਵੇਖੀ ਜਾ ਸਕਦੀ ਹੈ ਸੋ ਬਾਕੀ ਥੋੜੀਆਂ ਗੱਲਾਂ ਬਾਰੇ ਅਸੀਂ ਕੱਲ ਵਿਚਾਰ ਕਰਾਂਗੇ ਨੈਕਸਟ ਪਾਰਟ 'ਚ ਥੈਂਕ ਯੂ so much